ਬਟਾਲਾ ਹਲਕੇ ਦੀ ਵਿਧਾਨ ਸਭਾ ਸੀਟ ਨੂੰ ਲੈ ਕੇ ਇੱਕ ਅਨਾਰ 100 ਬਿਮਾਰ ਵਾਲੀ ਗੱਲ ਹੁੰਦੀ ਨਜ਼ਰ ਆ ਰਹੀ ਹੈ। ਬਟਾਲਾ ਵਿਧਾਨ ਸਭਾ ਸੀਟ ਕਾਂਗਰਸ ਨੂੰ ਲੈ ਕੇ ਹੌਟ ਸੀਟ ਬਣਦੀ ਨਜ਼ਰ ਆ ਰਹੀ ਹੈ, ਜਿੱਥੇ ਇੱਕ ਪਾਸੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਾਬਕਾ ਮੰਤਰੀ ਅਸ਼ਵਨੀ ਸੇਖੜੀ ਵਿਚਕਾਰ ਇਸ ਸੀਟ ਨੂੰ ਲੈ ਕੇ ਆਪਸੀ ਖਿੱਚੋਤਾਣ ਚੱਲ ਰਹੀ ਹੈ। ਉੱਥੇ ਹੀ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਅਤੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਪ੍ਰਭਾਰੀ ਹਰੀਸ਼ ਚੌਧਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਜੈਂਤੀਪੁਰੀਆ ਨੂੰ ਕਾਂਗਰਸ ਵਿੱਚ ਸ਼ਾਮਲ ਕਰਕੇ ਬਟਾਲਾ ਦੀ ਸਿਆਸਤ ਵਿੱਚ ਧਮਾਕਾ ਕਰ ਦਿੱਤਾ ਹੈ। ਕਾਂਗਰਸ ਵਿੱਚ ਸ਼ਾਮਲ ਹੋ ਕੇ ਵਾਪਸ ਬਟਾਲਾ ਪਹੁੰਚੇ ਰਜਿੰਦਰ ਕੁਮਾਰ ਪੱਪੂ, ਜੋ ਕਿ ਵੱਡੇ ਕਾਰੋਬਾਰੀ ਹਨ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸੱਜੇ ਹੱਥ ਮੰਨੇ ਜਾਂਦੇ ਸੀ ਅਤੇ ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾ ਨਿਭਾ ਰਹੇ ਸੀ, ਨੇ ਜਦੋਂ ਸਾਡੀ ਟੀਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ, ਪਰ ਬਿਕਰਮਜੀਤ ਸਿੰਘ ਮਜੀਠੀਆ ਨਾਲ ਨਾਰਾਜ਼ਗੀ ਦੇ ਚੱਲਦੇ ਅਤੇ ਅਕਾਲੀ ਦਲ ਵੱਲੋਂ ਬਟਾਲਾ ਤੋਂ ਟਿਕਟ ਨਾ ਮਿਲਣ ਕਾਰਨ ਨਾਰਾਜ਼ਗੀ ਦੇ ਚੱਲਦੇ ਕਾਂਗਰਸ ਜੁਆਇਨ ਕੀਤੀ ਹੈ। ਕਾਂਗਰਸ ਹਾਈਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਅਤੇ ਪ੍ਰਦੇਸ਼ ਪ੍ਰਧਾਨ ਦਾ ਧੰਨਵਾਦ ਕਰਦੇ ਹੋਏ ਉਹਨਾਂ ਕਿਹਾ ਕਿ ਹੁਣ ਬਟਾਲਾ ਤੋਂ ਕਾਂਗਰਸ ਵੱਲੋਂ ਚੋਣ ਲੜਨ ਦੀਆਂ ਤਿਆਰੀਆਂ ਉਹਨਾਂ ਵੱਲੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਬਟਾਲਾ ਤੋਂ ਹੀ ਕਾਂਗਰਸ ਦੀ ਟਿਕਟ 'ਤੇ ਚੋਣ ਲੜਨਗੇ ਅਤੇ ਬਟਾਲਾ ਦੇ ਵਿਕਾਸ ਅਤੇ ਲੋਕਾਂ ਅਤੇ ਬਟਾਲਾ ਦੀ ਡੁੱਬ ਰਹੀ ਇੰਡਸਟਰੀ ਲਈ ਕੰਮ ਕਰਨਗੇ। ਮਜੀਠੀਆ ਉੱਤੇ ਪਰਚੇ ਦੇ ਡਰ ਤੋਂ ਕਾਂਗਰਸ ਜੁਆਇਨ ਕੀਤੀ ਦੇ ਸਵਾਲ ਦਾ ਜਵਾਬ ਦਿੰਦੇ ਪੱਪੂ ਜੈਂਤੀਪੁਰੀਆ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਿੱਚ ਸੇਵਾ ਨਿਭਾਉਂਦੇ ਹੋਏ ਉਸ ਵੇਲੇ ਵੀ ਉਹਨਾਂ ਉੱਤੇ ਪਰਚੇ ਦਰਜ ਹੋਏ, ਪਰਚਿਆਂ ਤੋਂ ਉਹ ਨਹੀਂ ਡਰਦੇ, ਬਸ ਹੁਣ ਕਾਂਗਰਸ ਦੀ ਸੇਵਾ ਕਰਨੀ ਹੈ ਅਤੇ ਉਮਰ ਭਰ ਕਰਨੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀਮਤੀ ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਪ੍ਰਿਯੰਕਾ ਜੀ ਦਾ ਅਤੇ CM ਸਰਦਾਰ ਚਰਨਜੀਤ ਸਿੰਘ ਜੀ ਦਾ ਅਤੇ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਜੀ ਦਾ ਅਤੇ ਸਾਡੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾ ਅਤੇ ਸਰਦਾਰ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਡਿਪਟੀ CM ਜੀ ਦਾ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕਾਦੀਆਂ ਵਾਲੇ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ ਮੇਰੇ 'ਤੇ ਵਿਸ਼ਵਾਸ ਰੱਖ ਕੇ ਮੈਨੂੰ ਇਹ ਸੇਵਾ ਦਾ ਪਾਰਟੀ 'ਚ ਮੌਕਾ ਦਿੱਤਾ ਹੈ। ਆਪਣੇ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਨੇ ਵੀ ਬਟਾਲੇ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਹੈ। ਮੈਂ ਸਰਦਾਰ ਸੁਖਜਿੰਦਰ ਸਿੰਘ ਜੀ ਰੰਧਾਵਾ ਤੋਂ ਬਹੁਤ ਹੀ ਪ੍ਰਭਾਵਿਤ ਹਾਂ, ਇੱਕ ਬਹੁਤ ਹੀ ਧੜੱਲੇਦਾਰ ਅਤੇ ਨਜ਼ਰ ਨੇਤਾ ਨੇ। ਮੇਰਾ ਇਹਨਾਂ ਦੇ ਪਰਿਵਾਰ ਨਾਲ ਕੋਈ ਕਾਫੀ 35-40 ਸਾਲ ਤੋਂ ਪਰਿਵਾਰ ਨਾਲ ਨੇੜ ਪਿਆਰ ਰਿਹਾ ਹੈ। ਮੈਂ ਹੁਣ ਆਪਣੀ ਪਾਰਟੀ ਦੀ ਸੇਵਾ ਇਮਾਨਦਾਰੀ ਲਗਨ ਨਾਲ ਕਰਾਂਗਾ ਅਤੇ ਮੈਂ ਆਪਣੇ ਇੱਥੇ ਬਟਾਲੇ ਦੀ ਸੇਵਾ ਲਈ ਬਟਾਲੇ 'ਚ ਹੀ ਆਪਣੀ ਰਿਹਾਇਸ਼ ਰੱਖਾਂਗਾ ਅਤੇ ਉੱਥੇ ਆਪਣਾ ਦਫ਼ਤਰ ਰੱਖਾਂਗਾ ਅਤੇ ਲੋਕਾਂ ਦੀਆਂ ਦੁੱਖ ਤਕਲੀਫਾਂ ਸੁਣਾਂਗਾ ਅਤੇ ਲੋਕਾਂ ਨਾਲ ਵਿਚਰਾਂਗਾ ਅਤੇ ਜੋ ਡਿਵੈਲਪਮੈਂਟ ਦੇ ਕੰਮ ਆ ਉਹ ਸਰਕਾਰ ਦੇ ਨਾਲ ਰਲ ਕੇ ਜਿੱਦਾਂ ਉੱਤੋਂ ਹੁਕਮ ਹੋਊਗਾ ਸਾਰੇ ਡਿਵੈਲਪਮੈਂਟ ਦੇ ਕੰਮ ਕਰਾਂਗੇ, ਜੋ ਜੋ ਉਨਤਾਈਆਂ ਵਾ ਉਹਨਾਂ ਵੱਲ ਧਿਆਨ ਦੇਵਾਂਗੇ। ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਤੁਸੀਂ ਸੇਵਾ ਕਰਦੇ ਰਹੇ ਹੋ, ਐਡੇ ਲੰਬੇ ਸਮੇਂ ਤੋਂ ਐਡੀ ਪੁਰਾਣੀ ਪਾਰਟੀ ਨੂੰ ਛੱਡਣਾ ਕਿਤੇ ਮੁਸ਼ਕਲ ਹੋ ਜਾਂਦਾ, ਪਰ ਕਿਹੜੇ ਐਸੇ ਕੰਮ ਹੋ ਗਏ ਜਾਂ ਕਿਹੜੀਆਂ ਐਸੀਆਂ ਗੱਲਾਂ ਹੋ ਗਈਆਂ ਕਿ ਐਡੀ ਪੁਰਾਣੀ ਪਾਰਟੀ ਨੂੰ ਛੱਡਣਾ ਪੈ? ਇਹਨਾਂ ਦੀਆਂ ਕੁਝ ਨੀਤੀਆਂ ਕਰਕੇ ਅਕਾਲੀ ਦਲ ਦੀਆਂ ਕਰਕੇ ਕੁਝ ਸਾਡੇ ਜਿਹੜੇ ਬਿਕਰਮ ਸਿੰਘ ਜੀ ਮਜੀਠੀਆ ਨੇ ਉਹਨਾਂ ਸਾਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ, ਥੋੜ੍ਹਾ ਅੱਖੋਂ ਪਰੋਖੇ ਕੀਤਾ, ਉਹਨਾਂ ਗੱਲਾਂ ਤੋਂ ਸਾਈਂ ਮਨ 'ਚ ਇਹਨਾਂ ਨਾਲ ਥੋੜ੍ਹਾ ਤਫਰਕਾ ਪੈਣ ਕਰਕੇ ਫਿਰ ਸਾਨੂੰ ਇਹ ਜਿਹੜੀ ਪਾਰਟੀ ਆ ਛੱਡਣੀ ਪਈ ਆ ਅਤੇ ਦਿਮਾਗ 'ਚ ਸੋਚਿਆ ਹੈ ਕਿ ਜਿਹੜੀ ਕਾਂਗਰਸ ਪਾਰਟੀ ਆ ਇਹ ਇੱਕ ਸੈਕੂਲਰ ਜਮਾਤ ਆ, ਸੈਂਟਰ ਦੀ ਪਾਰਟੀ ਆ ਅਤੇ ਇਹਦੇ 'ਚ ਰਹਿ ਕੇ ਪਬਲਿਕ ਦੀ ਸੇਵਾ ਜਿਹੜੀ ਚੰਗੀ ਕੀਤੀ ਜਾ ਸਕਦੀ ਅਤੇ ਕਰਨੀ ਚਾਹੀਦੀ। ਜੋ ਸਿਆਸੀ ਅਖਾੜੇ ਦੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮਜੀਠੀਆ 'ਤੇ ਜਦੋਂ ਪਰਚਾ ਦਰਜ ਹੋਇਆ ਤਾਂ ਕਾਂਗਰਸ ਦੇ ਨੇਤਾਵਾਂ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਨਜ਼ਦੀਕੀ ਨੇ ਉਹਨਾਂ ਨੂੰ ਵੀ ਹੁਣ ਘੇਰਾਂਗੇ ਅਤੇ ਤੁਸੀਂ ਸਭ ਤੋਂ ਵੱਧ ਨਜ਼ਦੀਕੀ ਰਹੇ ਹੋ ਇਸ ਕਰਕੇ ਕਾਂਗਰਸ 'ਚ ਸਾਹਮਣੇ? ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ।
ਆਪਣਾ ਪਹਿਲਾਂ ਤੋਂ ਮਨ ਬਣਿਆ, ਪਰਚਾ ਤਾਂ ਕੱਲ੍ਹ ਪਰਸੋਂ ਆਇਆ ਹੁਣ, ਅਤੇ ਆਪਣੀ ਤਾਂ ਪਹਿਲਾਂ ਤੋਂ ਗੱਲਬਾਤ ਹੋ ਕੇ ਅਤੇ ਫਿਰ ਸਾਰੀ ਗਿਣ ਕੇ ਫਿਰ ਆਪਾਂ ਜਾਏ ਨੇ। 50 ਸਾਲ ਤੁਸੀਂ ਅਕਾਲੀ ਦਲ 'ਚ ਰਹੇ, ਹਾਂਜੀ, ਤੁਹਾਡੇ ਪਿਤਾ ਜੀ ਵੀ ਅਕਾਲੀ ਦਲ 'ਚ, ਹਾਂ, ਉਹ ਕਦੀ ਤੁਸੀਂ ਆਪਣੇ ਏਰੀਏ 'ਚ ਕਾਂਗਰਸ ਦਾ ਬੂਥ ਨਹੀਂ ਲੱਗਣ ਦਿੱਤਾ? ਹੁਣ ਬਟਾਲੇ 'ਚ ਇਹ ਨਜ਼ਾਰਾ ਦੇਖਣ ਨੂੰ ਮਿਲੇਗਾ ਕਿ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਹੁਣ ਅਕਾਲੀ ਦਲ ਦਾ ਬੂਥ ਨਹੀਂ ਲੱਗੇਗਾ? ਨਹੀਂ ਜੀ, ਵੱਧ ਚੜ੍ਹ ਕੇ ਪਾਰਟੀ ਦੀ ਸੇਵਾ ਕਰਾਂਗੇ ਜੀ। ਬੂਥ ਲਾਉਣਾ ਤਾਂ ਪਬਲਿਕ ਦਾ ਕੰਮ ਆ ਜੀ, ਜਿੱਧਰ ਜਿੱਧਰ ਕਿਸੇ ਦਾ ਮਨ ਹੈ ਉੱਧਰ ਉੱਧਰ ਵੋਟਾਂ ਪਾਉਣੀਆਂ ਜੀ। ਕੋਸ਼ਿਸ਼ ਕਰਾਂਗੇ ਵੀ ਵੱਧ ਤੋਂ ਵੱਧ ਜਿਹੜੇ ਵੋਟਰ ਆ ਆਪਣੇ ਕਾਂਗਰਸ ਇੰਡੀਅਨ ਨੈਸ਼ਨਲ ਕਾਂਗਰਸ ਵਾਲੇ ਜਿੰਨੇ ਵੋਟਾਂ ਪਾਉਣ। ਅਕਾਲੀ ਦਲ ਨੇ ਟਿਕਟ ਦੇਣੀ ਸੀ ਬਟਾਲੀ ਤੇ, ਕਿਹਾ ਜਾਂਦਾ ਸੀ ਕਿ ਹਿੰਦੂ ਚਿਹਰਾ, ਤੁਹਾਡਾ ਨਾਮ ਵੀ ਬੜਾ ਅੱਗੇ ਚੱਲਦਾ ਸੀ, ਕੀ ਕਾਰਨ ਰਿਹਾ ਕਿ ਅਕਾਲੀ ਦਲ 'ਚ ਟਿਕਟ? ਇਹ ਤਾਂ ਅਕਾਲੀ ਦਲ ਵਾਲੇ ਜਾਣ ਸਕਦੇ ਆ ਜੀ, ਕਿਉਂਕਿ ਮੈਨੂੰ ਨਹੀਂ ਲੱਗਦਾ ਕੋਈ ਜਿਹੜਾ ਹਿੰਦੂ ਚਿਹਰਾ ਸਾਡੇ ਤੋਂ ਪੁਰਾਣਾ ਹੋਵੇ ਅਕਾਲੀ ਦਲ 'ਚ, ਜਦੋਂ ਕਿ 50 ਸਾਲ ਮੈਨੂੰ ਸੇਵਾ ਕਰਦੇ ਨੂੰ ਹੋ ਗਏ ਸੀ। ਇਹ ਮੇਰਾ ਨਗਰ ਜਿੱਥੇ ਅੱਜ ਤੱਕ ਕਾਂਗਰਸ ਦਾ ਬੂਥ ਵੀ ਨਹੀਂ ਲੱਗਾ। ਮੈਂ ਸੰਮਤੀ ਮੈਂਬਰ ਵੀ ਰਿਹਾ, ਸਰਪੰਚ ਵੀ ਰਿਹਾ, ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਵੀ ਰਿਹਾ, ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਵੀ ਰਿਹਾ, ਹੁਣ ਵੀ ਮੇਰਾ ਭਤੀਜਾ ਜਿਹੜਾ ਮੌਕੇ 'ਤੇ ਸਰਪੰਚ ਹੈ। ਇੱਥੇ ਕਦੀ ਸਰਪੰਚੀ ਦੀ ਚੋਣ ਵੀ ਨਹੀਂ ਹੋਈ, ਸਰਬ ਸੰਮਤੀ ਨਾਲ ਜਿਹੜੀ ਹੈ ਪੰਚਾਇਤ ਚੁਣੀ ਜਾਂਦੀ ਹੈ। ਜੇ ਦੇਖਿਆ ਜਾਵੇ ਤਾਂ ਇੱਡੀ ਵੱਡਾ ਚਿਹਰਾ ਜਦੋਂ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ 'ਚ ਜਾਂਦਾ ਹੈ ਤਾਂ ਕਿਤੇ ਨਾ ਕਿਤੇ ਕੁਛ ਆਪਣੀਆਂ ਮੰਗਾਂ ਰੱਖਦਾ, ਕੁਛ ਪਾਰਟੀ ਦੀਆਂ ਵੀ ਮੰਗਾਂ ਮੰਗਦਾ। ਤੁਹਾਡੇ ਵੱਲੋਂ ਕੋਈ ਪਾਰਟੀ ਨੂੰ ਮੰਗ ਰੱਖੀ ਗਈ ਕੋਈ ਬਟਾਲਾ ਹਲਕੇ ਤੋਂ ਟਿਕਟ? ਨਹੀਂ ਨਹੀਂ, ਕੋਈ ਮੰਗ ਨਹੀਂ ਰੱਖੀ ਜੀ। ਕਿਹਾ ਜਾ ਰਿਹਾ ਆਉਣ ਵਾਲਾ ਚਿਹਰਾ ਤਾਂ ਹੁਣ ਨਹੀਂ ਜੀ, ਉਹ ਇਸ ਤਰ੍ਹਾਂ ਜਿਹੜਾ ਆਉਣ ਵਾਲਾ ਚਿਹਰਾ ਉਹ ਹਿੰਦੂ ਹੀ ਆਉਣਾ। ਇੱਥੇ ਬਟਾਲੇ 'ਚ ਹਿੰਦੂ ਚਿਹਰੇ ਦੀ ਗੱਲ ਚੱਲਣ ਡਈ ਆ ਵੀ ਹਿੰਦੂ ਚਿਹਰੇ ਨੂੰ ਟਿਕਟ ਮਿਲਣੀ, ਕਿਉਂਕਿ ਸਾਰੇ ਜ਼ਿਲ੍ਹੇ 'ਚ ਇੱਕ ਹੀ ਸੀਟ ਹੈ ਜਿਹੜੀ ਹਿੰਦੂਆਂ ਦੀ ਹੈ। ਹਾਂਜੀ, ਉਹਨਾਂ ਵੀ ਆਪਣੀ ਪਾਰਟੀ ਵੱਲੋਂ ਕਰਨੀ ਹੈ, ਜ਼ੋਰ ਲਾਉਣਾ ਹਰ ਇੱਕ ਨੇ ਲਾਉਣਾ, ਫਰਜ਼ ਬਣਦਾ। ਇਹ ਤਾਂ ਪਬਲਿਕ ਨੇ ਵੇਖਣਾ ਵਾ ਵੀ ਕਿਹੜੀ ਪਾਰਟੀ ਚੰਗੀ ਹੈ। ਮੈਂ ਜੀ ਕੋਈ ਬਟਾਲੇ ਸ਼ਹਿਰ 'ਚ ਮੇਰਾ ਨੇੜ ਸੰਨ 80 ਤੋਂ ਪਹਿਲਾਂ ਦਾ ਵਾ ਅਤੇ ਬਟਾਲੇ 'ਚ ਹੀ ਰਿਹਾ, ਮੇਰਾ ਕਾਰੋਬਾਰ ਵੀ ਬਟਾਲੇ 'ਚ ਆ, ਮੇਰੀ ਪ੍ਰਾਪਰਟੀ ਵੀ ਬਟਾਲੇ 'ਚ ਆ, ਮੇਰਾ ਬਿਜ਼ਨਸ ਵੀ ਭੱਠਾ ਪਲਾਂਟ ਸਭ ਕੁਝ ਬਟਾਲਾ ਤਹਿਸੀਲ 'ਚ ਹੈ। ਨਹੀਂ, ਇਹ ਤਾਂ ਪਾਰਟੀ ਨੇ ਵੇਖਣਾ ਜੀ, ਜਿਹੜਾ ਲੋਕਾਂ 'ਚ ਪਾਪੂਲਰ ਹੋਊਗਾ ਉਮੀਦਵਾਰ, ਜਿਹੜਾ ਜਿੱਤਣ ਵਾਲਾ ਹੋਊਗਾ ਉਹਨੂੰ ਪਾਰਟੀ ਨੇ ਟਿਕਟ ਦੇਣੀ, ਇਹ ਤਾਂ ਸੈਂਟਰ ਨੇ ਵੇਖਣਾ। ਉਹਨਾਂ ਕਿਹਾ ਸੇਵਾ ਕਰੋ ਬਟਾਲੇ ਜਾ ਕੇ। ਬਸ ਸਾਰਾ ਲੋਕਾਂ ਨਾਲ ਤਾਲਮੇਲ ਕਰਾਂਗੇ ਜੀ, ਪਬਲਿਕ ਨਾਲ ਕਰਾਂਗੇ, ਵੋਟਰਾਂ ਨਾਲ ਕਰਾਂਗੇ, ਹਰ ਕਿਤੇ 200 ਕੁਛ ਸਹਾਈ ਹੋਵਾਂਗੇ। ਅਗਰ ਟਿਕਟ ਮਿਲਦੀ ਹੈ ਤਾਂ ਕੀ ਸੋਚ ਰਹੇਗੀ ਤੁਹਾਡੀ ਬਟਾਲੇ ਹਲਕੇ ਵਿੱਚ, ਕਿਹੜੀਆਂ ਐਸੀਆਂ ਹਾਲੇ ਵੀ ਕਮੀਆਂ ਨੇ ਜਿਹੜੀਆਂ ਤੁਸੀਂ ਦੂਰ ਕਰਨੀਆਂ ਚਾਹੋ? ਇੱਕ ਤਾਂ ਜਿਹੜੀ ਇੰਡਸਟਰੀ ਦੀ ਕਮੀ ਹੈ ਨਾ ਜੀ, ਇਹ ਤਾਂ ਕਿਤੇ ਜ਼ੋਰ ਮਾਰ ਕੇ ਸੈਂਟਰ ਵੱਲੋਂ ਕਰਕੇ ਇਹ ਥੋੜ੍ਹੀ ਬੜੀ ਤਰੱਕੀ ਹੋਣੀ ਚਾਹੀਦੀ, ਕਿ ਇੰਡਸਟਰੀ ਸਾਰੀ ਬਹਿ ਗਈ ਹੈ ਇੱਥੋਂ ਦੀ, ਬਟਾਲੇ ਦੀ ਡਿਵੈਲਪਮੈਂਟ ਦੇ ਕੰਮ ਕਾਫੀ ਅੱਗੇ ਕਰਾਏ ਨੇ ਇਸ ਸਰਕਾਰ 'ਚ ਸਰਦਾਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ, ਅਤੇ ਬਾਕੀ ਅੱਜ ਰਹਿੰਦੇ ਵੀ ਨੇ ਕਾਫੀ, ਉਹ ਜ਼ੋਰ ਦੇ ਕੇ ਪਹਿਲ ਦੇ ਆਧਾਰ 'ਤੇ ਕਰਾਵਾਂਗੇ। ਜਿਹੜੀਆਂ ਐਸੀ ਭਾਈਚਾਰੇ ਦੀਆਂ ਪ੍ਰੋਬਲਮਸ ਨੇ ਉਹ ਜਿਹੜੀਆਂ ਹੱਲ ਕਰਾਉਣ ਲਈ ਪੂਰਾ ਚਾਰਾ ਲਾਵਾਂਗੇ। ਜਿਸ ਤਰ੍ਹਾਂ ਆ ਪਿੰਡਾਂ 'ਚ ਸਰਕਾਰ ਨੇ ਪੋਲਿਸੀ ਬਣਾਈ ਹੈ ਕਿ ਲਾਲ ਕੀਰੂ ਅੰਦਰ ਜਿਹੜੇ ਮਾਲਕੀ ਦੇ ਹੱਕ ਦਿੱਤੇ ਜਾਣ ਉਹ ਦਿੱਤੇ ਜਾਣੇ ਚਾਹੀਦੇ, ਲੋਕਾਂ ਦੀਆਂ ਪੈਨਸ਼ਨਾਂ ਜਿਹੜੀਆਂ ਉਹ ਜਿਸ ਤਰ੍ਹਾਂ ਵਧਾਉਣ ਦਾ ਕਿਹਾ ਉਹ ਹੋਣਗੀਆਂ। ਬਸ ਇੱਕ ਅੱਧੇ ਦਿਨ ਤੋਂ ਜੀ, ਅੱਜ ਤੋਂ ਹੀ ਸਮਝ ਲਓ। ਨਵਜੋਤ ਸਿੰਘ ਸਿੱਧੂ ਰੈਲੀ ਕਰਨ ਜਾ ਰਹੇ ਆ, ਕੱਲ੍ਹ ਤੋਂ ਬਟਾਲੇ ਦੇ ਵਿੱਚ ਜਾਓਗੇ ਇਸ ਰੈਲੀ 'ਚ? ਨਹੀਂ ਜੀ, ਮੈਨੂੰ ਅਜੇ ਕੋਈ ਨਿਯੋਤਾ ਨਹੀਂ ਆਇਆ ਉਹਨਾਂ ਦਾ, ਮੇਰੇ ਉਹ ਸਤਿਕਾਰਯੋਗ ਨੇ, ਮੇਰਾ ਉਹਨਾਂ ਨਾਲ ਬੜਾ ਲੰਮੇ ਸਮੇਂ ਤੋਂ ਵਾਹ ਵਾ, ਅਤੇ ਮੈਂ ਉਹਨਾਂ ਦਾ ਅਹਿਸਾਨ ਮੰਨਦਾ ਕਿ ਜਦੋਂ ਮੈਨੂੰ ਜੁਆਇਨ ਕਰਾਉਣਾ ਸੀਗਾ ਅਤੇ ਜਿਹੜੇ ਆਪਣੇ ਹਰੀਸ਼ ਚੌਧਰੀ ਜੀ ਨੇ ਇੰਚਾਰਜ ਕਾਂਗਰਸ ਦੇ, ਉਹਨਾਂ ਨੇ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ, ਗੱਲਬਾਤ ਕਰਕੇ ਉਹਨਾਂ ਮੇਰੀ ਗੈਰ ਹਾਜ਼ਰੀ 'ਚ ਵੀ ਮੇਰੀ ਸਿਫਤ ਕੀਤੀ, ਮੇਰੇ ਮਤਲਬ ਪਿੱਠ 'ਤੇ ਥਾਪੜਾ ਦਿੱਤਾ। ਮੈਂ ਉਹਨਾਂ ਦਿਲ ਦੀਆਂ ਗਰਾਈਆਂ 'ਚ ਧੰਨਵਾਦ ਦੀਆਂ ਕਿ ਜਿਹਨਾਂ ਮੇਰੀ ਸੋਭਾ ਕੀਤੀ, ਕਿਹਾ ਕਿ ਪਾਰਟੀ 'ਚ ਲਓ। ਦਵਿੰਦਰ ਸਿੰਘ ਖਾਲਸਾ, ਦਿਵਿਆ ਪੰਜਾਬ TV, ਬਟਾਲਾ। ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ।